ਸੜਕ ਦੇ ਉੱਤੇ ਇੱਕ ਤੇਲ ਦੇ ਨਾਲ ਭਰਿਆ ਟੈਂਕਰ ਪਲਟਿਆ ਜਿਸ ਦੇ ਕਾਰਨ ਸਾਰੀ ਹੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਟੈਂਕਰ ਸੜਕ ਦੇ ਉੱਤੇ ਪਲਟਿਆ ਤੇ ਹਾਦਸਾ CCTV ਦੇ ਵਿੱਚ ਵੀ ਕੈਦ ਹੋਇਆ। ਦੱਸ ਦਈਏ ਕਿ ਜਿਸ ਸਮੇਂ ਇਹ ਟੈਂਕਰ ਸੜਕ ਦੇ ਉੱਤੇ ਪਲਟਦਾ ਹੈ ਤਾਂ ਟੈਂਕਰ ਜੋ ਹੈ ਉਹ ਫਟ ਜਾਂਦਾ ਹੈ ਅਤੇ ਸਾਰਾ ਹੀ ਤੇਲ ਜੋ ਹੈ ਉਹ ਸੜਕਾਂ ਦੇ ਉੱਪਰ ਹੀ ਡੁੱਲ ਜਾਂਦਾ ਹੈ। ਤਾਂ ਤੇਲ ਹੀ ਤੇਲ ਹੋਈਆਂ ਨੇ ਸਾਰੀ ਸੜਕਾਂ ਦੇ ਉੱਤੇ। ਦੱਸ ਦਈਏ ਕਿ ਇੱਕ ਵੱਡਾ ਹਾਦਸਾ ਵਾਪਰਿਆ, ਮੋੜ ਕੱਟਦੇ ਸਮੇਂ ਟੈਂਕਰ ਜੋ ਹੈ ਆਪਣਾ ਸੰਤੁਲਨ ਗਵਾ ਬੈਂਦਾ ਅਤੇ ਸੜਕ ਦੇ ਉੱਤੇ ਹੀ ਪਲਟ ਜਾਂਦਾ ਅਤੇ ਹਾਦਸਾ CCTV ਦੇ ਵਿੱਚ ਵੀ ਕੈਦ ਹੋਇਆ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਵੀ ਹੁਣ ਸਹਿਮ ਦਾ ਮਾਹੌਲ ਬਣਿਆ ਹੋਇਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਸਰ੍ਹੋਂ ਦੇ ਤੇਲ ਦੇ ਨਾਲ ਭਰਿਆ ਹੋਇਆ ਇਹ ਟੈਂਕਰ ਦੱਸਿਆ ਜਾ ਰਿਹਾ ਜੋ ਕਿ ਹਰਿਆਣਾ ਤੋਂ ਜੰਮੂ ਦੇ ਲਈ ਰਵਾਨਾ ਹੋਇਆ ਸੀ, ਪਰ ਜਿਵੇਂ ਹੀ ਦਸੂਆ ਦੇ ਕੋਲ ਪਹੁੰਚਿਆ ਤਾਂ ਉੱਥੇ ਮੋੜ ਕੱਟਦੇ ਸਮੇਂ ਇਹ ਅਚਾਨਕ ਹੀ ਬੇਕਾਬੂ ਹੋ ਜਾਂਦਾ ਅਤੇ ਸੜਕ ਦੇ ਉੱਤੇ ਹੀ ਪਲਟ ਜਾਂਦਾ ਅਤੇ ਸਾਰੀ ਹੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਜਾਂਦਾ। ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਜੋ ਟੈਂਕਰ ਦਾ ਚਾਲਕ ਹੈ ਉਸਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਸੂਆ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟਿਆ, ਸਾਰੀ ਹੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਗਿਆ ਹੈ। ਤਾਂ ਹਾਦਸਾ CCTV ਦੇ ਵਿੱਚ ਵੀ ਕੈਦ ਹੋਇਆ। ਕਿਹਾ ਜਾ ਰਿਹਾ ਕਿ ਜਿੱਥੇ ਹਾਦਸਾ ਵਾਪਰਿਆ ਉੱਥੇ ਨਾਲ ਹੀ ਇੱਕ ਨਾਮੀ ਹੋਟਲ ਹੈ, ਲੋਕ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਨੇ। ਹਾਲਾਂਕਿ ਐਤਵਾਰ ਦੇ ਦਿਨ ਲੋਕ ਅਕਸਰ ਦੇਖਿਆ ਜਾਂਦਾ ਹੈ ਕਿ ਡਿਨਰ ਕਰਨ ਦੇ ਲਈ ਬਾਹਰ ਜਾਂਦੇ ਨੇ ਅਤੇ ਕਿਹਾ ਜਾ ਰਿਹਾ ਕਿ ਜਦੋਂ ਲੋਕ ਨਿਕਲ ਰਹੇ ਸੀ ਤਾਂ ਉਸੇ ਸਮੇਂ ਇਹ ਹਾਦਸਾ ਵਾਪਰਿਆ, ਪਰ ਗਨੀਮਤ ਰਹੀ ਹੈ ਕਿ ਕੋਈ ਵੀ ਇਸ ਟੈਂਕਰ ਦੀ ਚਪੇਟ ਦੇ ਵਿੱਚ ਨਹੀਂ ਆਇਆ ਜਿਸ ਦੇ ਕਾਰਨ ਲੋਕਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਤਾਂ ਦੱਸ ਦਈਏ ਕਿ ਇਸ ਮੋੜ ਦੇ ਉੱਤੇ ਇਹ ਕੋਈ ਪਹਿਲਾ ਹਾਦਸਾ ਨਹੀਂ ਦੱਸਿਆ ਜਾ ਰਿਹਾ। ਆਏ ਦਿਨ ਇੱਥੇ ਵੱਡੇ ਹਾਦਸੇ ਵਾਪਰਦੇ ਰਹਿੰਦੇ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਇੱਥੇ ਢੁਕਵਾਂ ਪ੍ਰਬੰਧ ਜੋ ਹੈ ਉਹ ਨਹੀਂ ਕੀਤਾ ਜਾ ਰਿਹਾ। ਤਾਂ ਵੱਡੀ ਖਬਰ ਹੈ, ਇੱਕ ਟੈਂਕਰ ਸਰ੍ਹੋਂ ਦੇ ਤੇਲ ਦੇ ਨਾਲ ਭਰਿਆ ਹੋਇਆ ਸੜਕ ਦੇ ਉੱਤੇ ਪਲਟਿਆ ਅਤੇ ਸਾਰੀ ਹੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਗਿਆ। ਗਨੀਮਤ ਰਹੀ ਹੈ ਕਿ ਕੋਈ ਵੀ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ, ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਤਾਂ ਦਸੂਆ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਹਾਦਸਾ ਸਰ ਰਾਤ ਕੋਈ 11:30 ਵਜੇ ਦਾ ਟਾਈਮ ਸੀਗਾ। ਮੈਨੂੰ ਹੋਟਲ ਦੀ ਰਿਸੈਪਸ਼ਨ ਤੋਂ ਕਾਲ ਆਈ ਕਿ ਆਪਣੇ ਹੋਟਲ ਦੇ ਬਾਹਰ ਇੱਕ ਟੈਂਕਰ ਪਲਟ ਗਿਆ। ਮੈਂ ਉਸੇ ਵੇਲੇ CCTV ਵੀਡੀਓ ਖੋਲ੍ਹ ਕੇ ਦੇਖੀਆਂ ਅਤੇ ਦੇਖਿਆ, ਇੰਨਾ ਮਾਲਕ ਦਾ ਸ਼ੁਕਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਤਰ੍ਹਾਂ ਦਾ ਇਹ ਹਾਦਸਾ ਸੀਗਾ, ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ। ਇੱਥੇ ਜਿੰਨੇ ਵੀ ਲੋਕ ਡਿਨਰ ਕਰਨ ਆਉਂਦੇ ਆ, ਬੱਚੇ ਸੈਲਫੀ ਵਗੈਰਾ ਖਿਚਾਉਂਦੇ ਉੱਥੇ ਖੜ੍ਹੇ ਹੋ ਕੇ, ਅਤੇ ਉਸੇ ਜਗ੍ਹਾ 'ਤੇ ਹੀ ਆ ਕੇ ਟੈਂਕਰ ਪਲਟਿਆ। ਜੀ ਬਿਲਕੁਲ ਬਿਲਕੁਲ ਜੀ, ਇਹ ਇਸੇ ਹੀ ਬਿਲਕੁਲ ਇਸੇ ਹੀ ਪੁਆਇੰਟ 'ਤੇ ਥੋੜ੍ਹੇ ਦਿਨ ਪਹਿਲਾਂ ਵੀ ਇਹੀ ਹਾਦਸਾ ਹੋਇਆ ਸੇਮ। ਅਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਟ੍ਰੈਫਿਕ ਦੇ ਥੋੜ੍ਹੇ ਨਿਯਮ ਜਿਹੜੇ ਆ ਉਹਨਾਂ ਨੂੰ ਦੇਖ ਕੇ, ਇਹ ਰੋਡ 'ਚ ਵੀ ਜੇ ਕੋਈ ਪ੍ਰੋਬਲਮ ਆ ਤਾਂ ਇਹਨੂੰ, ਇਹ ਰੋਡ ਦਾ ਥੋੜ੍ਹਾ ਕਰਬ ਬਣਦਾ ਇੱਥੋਂ, ਅਤੇ ਉਹਨੂੰ ਸੁਧਾਰਿਆ ਜਾਵੇ। ਮੈਂ ਪ੍ਰਸ਼ਾਸਨ ਨੂੰ ਅਤੇ NH ਵਾਲਿਆਂ ਨੂੰ ਹੀ ਅਪੀਲ ਕਰਦਾ ਹਾਂ। ਥੈਂਕ ਯੂ।